ਸਤਿ ਸ਼੍ਰੀ ਅਕਾਲ ਜੀ ਬਾਈ, ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ। ਲਓ ਜੀ ਬਾਈ, ਅੱਜ ਚਾਰ ਵਾਲੀ ਮਸ਼ੀਨ ਆਪਣੀਆਂ ਸੈੱਟ ਹੋਣ ਤੋਂ ਬਾਅਦ ਅੱਜ ਆਪਾਂ ਹੁਣ ਆਪਣੀ ਬੜੀ ਕੰਬਾਈਨ ਕੋਲ ਆ ਗਏ ਨੇ। ਵੀ ਤੁਹਾਨੂੰ ਪਤਾ ਵੀ ਖੋਲ੍ਹੀ ਹੋਈ ਤੀ ਮੱਕੀ ਦੇ ਰਿਪੇਅਰਾਂ ਚੱਲਦੀਆਂ ਤੀਆਂ, ਬਾਕੀ ਉੱਧਰ ਹੁਣ ਕੰਮ ਸੈਟਿੰਗ ਹੋ ਗਈ, ਬੰਦੇ ਆਪਣੇ ਕਰਤੇ ਸੈੱਟ, ਵੀ ਹੁਣ ਚਲਾਈ ਜਾਣਗੇ ਹੈ ਨਾ, ਵੀ ਆਪਾਂ ਨੂੰ ਲੋੜ ਨਹੀਂ ਪਊਗੀ ਜਾਣੇ ਦੀ। ਹੁਣ ਜੇ ਕਿਤੇ ਮਾੜੀ ਜਿਹੀ ਮਰਜ਼ੀ ਬ੍ਰੇਕਡਾਊਨ ਆਊਗੀ ਤਾਂ ਆਪਾਂ ਜਾਵਾਂਗੇ, ਨਹੀਂ ਤਾਂ ਹੁਣ ਇਹਦਾ ਹੀ ਕਰਾਂਗੇ। ਬਾਕੀ ਇਹਦਾ ਸਮਾਨ ਲਿਆਂਦਾ ਕੱਲ੍ਹ, ਬਾਈ ਬੜੀ ਮਹਿੰਗਾਈ ਹੋ ਗਈ ਹੈ ਨਾ, ਆਪਾਂ ਕਹਿ ਦਈਏ ਜਿਵੇਂ ਹੁਣ ਆਪਾਂ ਦੇਖਿਆ ਤਾਂ ਐਤਕੀ ਸੀਜ਼ਨ ਦੇ ਵਿੱਚ ਰੇਟ ਘੱਟ ਵਾਧਾ ਨਾ ਕਰਕੇ ਉੱਪਰ ਥੱਲੇ ਕਰਕੇ ਚਲਾਈ ਜਾਣੀ, ਪਰ ਬਾਈ ਉਹ ਚੀਜ਼ ਹੈ ਨਾ ਆਪਣੀ ਚੱਲ ਜਾਣੀ, ਜੇ ਆਪਾਂ ਮੂੰਹੋਂ ਕਹਿਤਾ ਵੀ ਇੰਨੇ ਨੂੰ ਵੱਢੂੰਗਾ ਉਹ ਚੱਲ ਜਾਣੀ, ਪਰ ਜਦੋਂ ਕਹਿੰਦੇ ਇਹ ਤਿਆਰ ਕਰਨੀ ਆ ਨਾ, ਫਿਰ ਉੱਥੇ ਸਪੇਅਰ ਪਾਰਟ 'ਤੇ ਨਹੀਂ ਚੱਲਦੀ। ਤੁਸੀਂ ਹਿਸਾਬ ਲਾ ਲਓ ਕੱਲ੍ਹ 50,000 ਦਾ ਸਮਾਨ ਹੈ ਨਾ, ਆਹ ਦੋ ਬੋਰੀਆਂ 'ਚ ਆ ਗਿਆ। ਚਲੋ ਵਿੱਚ ਇੰਜਣ ਦੀ ਸਰਵਿਸ ਤਾਂ ਪਿੱਛੇ ਹੈ ਨਾ, ਕੂਲੈਂਟ 20-22 ਲੀਟਰ ਬਸ ਆਹ ਸਮਾਨ ਪਿਆ 50,000 ਦਾ। ਤੁਸੀਂ ਹਿਸਾਬ ਲਾ ਲਓ, ਚਲੋ 2-10 ਲੀਟਰ ਹਾਈਡਰੋਲ ਕਰ, ਦੂਜਾ ਗੇਅਰ ਵਾਲਾ ਤੇਲ ਆ, ਗਰੀਸ ਦੀ ਇੱਕ ਬਾਲਟੀ, ਵੀ ਆਹ ਦੋ ਬੋਰੀਆਂ 'ਚ ਸਮਾਨ ਨਾ 50,000 ਦਾ ਸਮਾਨ ਆ। ਮੈਂ ਕਹਿੰਦਾ ਐਂ ਆ ਗਿਆ ਵੀ ਜਿਵੇਂ ਪਤਾ ਹੀ ਨਹੀਂ ਲੱਗਿਆ ਸਾਨੂੰ, ਤਾਂ ਐਂ 20-22 ਹਜ਼ਾਰ ਦਾ ਸਮਾਨ ਹੋਊਗਾ, ਪਰ ਜਦੋਂ ਬਿੱਲ ਬਣਿਆ ਤਾਂ 50,000 ਦਾ ਕਮਾਲੇ ਹੋ ਗਈ। ਬਾਕੀ ਤਾਂ ਹੁਣ ਗੇਅਰ ਹੈ ਨਾ, ਜਿਹੜਾ ਬੈਰਿੰਗ ਢਿੱਲੇ ਮਿੱਛੇ 'ਤੇ ਕਰਕੇ ਐਨ ਓਕੇ ਪਾ ਤੇ, ਹੁਣ ਗੇਅਰ ਦੀ ਫਿਟਿੰਗ ਆ, ਬਸ ਇਹਨੂੰ 4x4 ਗੇਅਰ ਲਾਉਣਾ ਹੁਣ। ਮੈਂ ਕਿਹਾ ਵੀ ਹੁਣ ਖੋਲ੍ਹਿਆ ਨਾ ਬੈੱਡ ਬੁੱਡ, ਵੀ ਆਪਾਂ ਲਾ ਕੇ ਪਰੇ ਕਰੀਏ, ਫਿਰ ਬਾਈ ਥੱਲੇ ਬਣਨਾ ਔਖਾ ਬੈੱਡ ਦੇ ਨੂੰ। ਬਾਕੀ ਸ਼ਾਫਟ ਤਾਂ ਚਲੋ ਬਾਅਦ 'ਚ ਵੀ ਫਿੱਟ ਕਰ ਲਾਂਗੇ, ਸਟਾਪ ਵੱਕਰਾਂ ਦੇ ਗੁੱਟ ਕੇ ਤੇਲ 'ਚ ਬਲਦੇ ਹਾਂ, ਉਹ ਦੇਖੋ ਬਾਈ ਸਵੇਰ ਦੇ ਸਿੱਟੇ ਪਏ ਹਾਂ, 2 ਘੰਟੇ ਹੋ ਗਏ ਤੇਲ ਦੇ ਵਿੱਚ ਨਜ਼ਾਰੇ ਲੈਂਦੇ ਹਾਂ ਉਹਦਾ ਆਪਣੇ। ਹੈ ਬਾਪੂ ਓਏ ਕਿੱਦਾਂ, ਆ ਜਾ ਇੱਧਰ ਨੂੰ, ਢਿੱਲਾ ਜਿਹਾ ਕਰਦੇ ਅੱਜ ਹੈਂ, ਠੀਕ ਆ, ਚੱਕ ਦੋ ਕੰਮ ਨੂੰ ਅੱਜ ਵਿੱਚ ਤੇ ਭਰਨੀ ਆ ਆਪਾਂ ਸਾਰੀ, ਸਟਾਪ ਵਕਰ ਪਾ ਕੇ, ਬਾਸਕਟ ਪਾ ਕੇ, ਬੈੱਡ ਬੁੱਡ ਨਵੇੜ ਦੂੰਗਾ ਅੱਜ, ਦੇਖ ਲਾ ਝੂਠ ਤਾਂ ਨੀ ਬੋਲਦਾ, ਵੋਟ ਕਿਹਨੂੰ ਪਾਈ ਤੀ, ਵੋਟ ਤਾਂ ਕਿਹਨੂੰ ਪਾਈ ਨੀ ਕਿਸੇ ਨੂੰ ਪਾਈ ਵੋਟ, ਵੋਟ ਪਾਉਣ ਜੇ ਤੂੰ ਪਾ ਦਿੰਦਾ ਫੁੰਦੂ ਕਹਿਵਾ ਤਾਂ ਬਣੇ ਜਾਂਦਾ ਕੋਈ ਤੇਰੀ ਵੋਟ ਕਿੱਕ ਦਾ, ਫਿਰ ਕਿਹੜਾ ਕੁਛ ਕਰਨ ਜਾਣਾ ਸਾਨੂੰ, ਸਹੀ ਗੱਲ ਬਾਕੀ ਸਹੀ ਗੱਲ ਆ ਵੀ ਕਰਨਾ ਤਾਂ ਬਾਈ ਦੇ ਆਪਾਂ ਨੇ ਤਾਂ ਇਹੀ ਹੈ ਨਾ ਜਿਹੜਾ ਕੰਮ ਆਪਣਾ, ਮੇਨ ਤਾਂ ਇਹੀ ਆ, ਰੋਟੀ ਤਾਂ ਚਾਹੇ ਵੋਟ ਪਾ ਲਓ ਤਾਂ ਵੀ ਉਹੀ ਖਾਣੀ ਆ, ਨਹੀਂ ਪਾਉਂਗੇ ਤਾਂ ਵੀ ਇਹੀ ਖਾਣੀ ਆ। ਬਾਕੀ ਆਪਾਂ ਤਾਂ ਸਾਡਾ ਤਾਂ ਐਵੇਂ ਨਹੀਂ ਬਾਈ ਲੱਗਿਆ ਹੈਗਾ ਜਾਣ ਦਾ, ਵੀ ਕਰੀਏ ਫਿਟਿੰਗ ਸ਼ੁਰੂ ਹੈਂ, ਦੇਖ ਲਾ ਹੈਂ, ਚੱਲ ਫਿਰ ਜੀ ਬਾਈ। ਮਸ਼ੀਨ ਨੂੰ ਕਹਿੰਦੇ ਜੇ ਲੱਗ ਜਾਵੇ ਹੈ ਨਾ ਬੰਦਾ ਤਾਂ ਕੰਮ ਕੁਛ ਨਹੀਂ ਹੈਗਾ, ਵੀ 3 ਬੰਦੇ ਲੱਗੇ ਆ ਝੋਟੇ, ਇੱਕ ਸਾਡਾ ਬੰਦਾ ਸ਼ੌਂਕ ਜ਼ਖਮੀ ਹੋ ਗਿਆ ਰਾਜੂ, ਉਹ ਬਾਈ ਉਹ ਨਾ ਚੇਂਜਰ ਗੁਟਕੇ ਥੋੜ੍ਹੇ ਜਿਹੇ ਵਿੱਚ ਤਾਂ ਨਾ 30-35 ਦੇ ਬੋਰ ਦੇ ਗੁਟਕੇ ਮਿਲੇ ਆ, 40 ਬੋਰ ਹੈਗਾ ਆਪਣੀ ਟਰੈਂਕ ਦਾ ਵਿੱਚ ਵਾਲਾ ਗੁਟਕਿਆਂ ਦਾ, ਤਾਂ ਅਸੀਂ ਉਹ ਕਰੈਂਕ ਚੇਂਜਰ ਲੈ ਕੇ ਚੱਲੇ ਤੇ ਆਪਣੇ ਸ਼ਾਹਕੋਟ ਨੂੰ ਦੇਣ ਮਿਸਤਰੀ ਦੇ, ਉਹ ਸਾਲਾ ਚੇਂਜਰ ਰਸਤੇ 'ਚ ਗਿਰ ਗਿਆ ਸਕੂਟਰੀ ਦੇ ਵਿੱਚੋਂ, ਉਹ ਪਿੱਛੇ ਉਹ ਬੈਠਾ ਤਾ, ਬਸ ਉਹਦੇ ਪੈਰ ਪਰ ਕਿਤੇ ਉਂਗਲੀ ਪੈਰ ਵੱਜਿਆ, ਉਂਗਲੀ ਦੇ ਥੋੜ੍ਹੀ ਸੱਟ ਜੀ ਵੱਜੀ, ਉਹਦੇ ਕਰਕੇ ਇੱਕ ਬੰਦਾ ਸਾਡਾ ਹੋ ਗਿਆ ਜ਼ਖਮੀ। ਚਲੋ ਫਿਰ ਵੀ ਮਹਾਰਾਜ ਦੀ ਕਿਰਪਾ, ਬਚਾਅ ਹੋ ਗਿਆ, 3 ਜਣੇ ਫਿਰ ਵੀ ਹੈਗੇ ਆ, ਮੈਂ ਦੇਖ ਲਓ ਤੁਹਾਡੇ ਸਾਹਮਣੇ ਹੈ ਨਾ, ਸਟਾਰਟਿੰਗ ਸਵੇਰੇ ਮੈਂ ਵੀਡੀਓ ਸਟਾਰਟ ਕਰੀ ਜਦ, ਉਹਦੇ ਬਾਅਦ 4x4 ਵੀ ਤਾਂ ਲੱਗਿਆ ਗੇਅਰ ਖੁੱਲ੍ਹਾ ਤਾ, ਗੇਅਰ ਵੀ ਫਿਟਿੰਗ ਕਰੀ, ਉਹਦੇ ਬਾਅਦ 4x4 ਗੇਅਰ ਹੁਣੇ ਲੱਗਦਾ ਨਾ ਬਈ, ਇੱਥੇ ਦੇ ਵਿੱਚ ਚੱਕਣਾ ਤਾਂ ਥੱਲਣਾ ਸੌਖਾ ਤਾ, ਐਨ ਕਰਕੇ ਕੰਪਲੀਟ ਬੈੱਡ ਪਾ ਤਾ, ਬੈੱਡ ਤੋਂ ਬਾਅਦ ਬਾਸਕਟ ਪਾ ਤੀ, ਪਾਉਣ ਤੋਂ ਬਾਅਦ ਹੈ ਨਾ ਜਿਹੜਾ ਹੁਣ ਥਰੈਸ਼ਰ ਦਾ ਰਹਿ ਗਿਆ, ਹੁਣ ਥਰੈਸ਼ਰ ਵੀ ਮੈਂ ਪਸਾ ਦਈਏ ਸੈਟਿੰਗ ਦਾ, ਤੁਹਾਨੂੰ ਕੱਲ੍ਹ ਨੂੰ ਕਰਨਾਗੇ। ਬਾਕੀ ਨਾ ਕਈ ਮੇਰੇ ਵੀਰਾਂ ਦਾ ਫੋਨ ਆਉਂਦਾ, ਚਲੋ ਵੀਡੀਓ 'ਚ ਦੱਸਦਾ ਵੀ ਯਾਰ ਨਾ ਫੋਨ ਕਿਸੇ ਕਈ ਵਾਰ ਕਿਸੇ ਘੜੀ ਕਿਸੇ ਦਾ ਨਹੀਂ ਚੱਕਿਆ ਜਾਂਦਾ,
ਤਾਂ ਮੇਰਾ ਵੀ ਤੁਹਾਨੂੰ ਪਤਾ ਹੀ ਨਾ ਕੰਮ ਕਰਦੇ ਹੋਰ ਪਿਆ ਮੰਜਾ ਬਾਈ ਉਹ ਪਿਆ ਫੋਨ ਦੂਜਾ ਜੀ ਦਾ ਫੋਨ ਆ ਉਹ ਵੀ ਦਿਖਾ ਦੇ ਬਾਈ ਹੈ ਉੱਧਰ ਪਿਆ ਬਾਈ ਫੋਨ ਆ ਨਾ ਕਈ ਵਾਰੀ ਵਿੱਚ ਬੜੇ ਪਏ ਹੁੰਦੇ ਆ ਤੁਹਾਨੂੰ ਪਤਾ ਜੇ ਫੋਨ ਆਉਂਦੇ ਬਹੁਤ ਆ ਬਾਈ ਜੇ ਸੁਣੀ ਜਾਈਏ ਤਾਂ ਫਿਰ ਕੰਮ ਨਹੀਂ ਹੁੰਦਾ ਇਹ ਬਾਸਕਟ ਨਾ ਬਾਈ ਹੈ ਨਾ ਕਈ ਵੀਰੇ ਸਾਡੇ ਕਹਿ ਦਿੰਦੇ ਯਾਰ ਵੀ ਕਣਕ ਵਾਲੀ ਤਾਰ ਦੇ ਵੀਰੇ ਬਾਸਕਟ ਇੱਕ ਤਾਰ ਕੱਢ ਕੇ ਚਲਾ ਲਈਏ ਵਧੀਆ ਚੱਲੀ ਜਾਊ ਚੱਲਣ ਨੂੰ ਵੀਰੇ ਵਧੀਆ ਚੱਲਦੀ ਆ ਉਹ ਵੀ ਹੈ ਨਾ ਆਪਾਂ ਹੀ ਨਹੀਂ ਕਹਿ ਸਕਦੇ ਵੀ ਚੱਲਦੀ ਨਹੀਂ ਹੁਣ ਇਹ ਬਾਸਕਟ ਆ ਜਿਹੜੀ 55 ਤਾਰਾਂ ਵਾਲੀ ਆ ਮੋਟੀ ਤਾਰ ਆ ਮੈਂ ਉਹਦੀ ਕੋਲ ਲਾ ਕੇ ਦਿਖਾ ਦੇ ਵੀ ਇਹਦੀ ਤਾਰ ਆ ਮੋਟੀ ਔਰ ਥੋੜ੍ਹਾ ਜਿਹਾ ਗੈਪ ਵੀ ਹਿਸਾਬ ਦਾ ਹੀ ਆ ਜਿਵੇਂ ਹੁਣ ਆਪਾਂ ਕਣਕ ਵਾਲੀ ਬਾਸਕਟ ਹੁੰਦੀ ਆ ਜਿਹੜੀ ਉਹਦਾ ਗੈਪ ਵੀ ਆਪਾਂ ਤਾਰ ਕੱਢ ਦਿੰਦੇ ਨਾ ਥੋੜ੍ਹਾ ਜਿਹਾ ਜ਼ਿਆਦਾ ਹੋ ਜਾਂਦਾ ਉਹਦੇ ਕਰਕੇ ਇਹਦਾ ਗੈਪ ਆ ਥੋੜ੍ਹਾ ਜਿਹਾ ਮਾੜਾ ਅੰਤਰ ਆ ਉਹਦੇ ਨਾਲ ਅਸੀਂ ਦੇਖਿਆ ਹਿਸਾਬ ਦਾ ਮੈਂ ਕਣਕ ਵਾਲੀ ਤਾਰ ਕੱਢ ਕੇ ਨਾ ਇਹਦਾ ਸੈਂਟਰ ਮਿਣ ਕੇ ਦੇਖਿਆ ਤਾ ਬਾਕੀ ਇਹ ਸਪੈਸ਼ਲ ਮੱਕੀ ਦੀ ਬਾਸਕਟ ਆ ਜਿਹੜੀ ਤੁਹਾਨੂੰ ਪਤਾ 1 2 3 4 5 6 7 8 9 10 11 12 13 14 ਫੱਟੀਆਂ ਇਹਦੀਆਂ ਮੰਨ ਲਓ ਜਿਹੜੇ ਜਿਹਨਾਂ ਵਿੱਚ ਤਾਰ ਲੰਘਦੀ ਆ ਇਹ 14 ਫੱਟੀਆਂ 14 ਤੋਂ ਬਾਅਦ ਤਾਰ ਆ ਮੋਟੀ ਮੈਂ ਕਹਿੰਦਾ ਵੀ ਮੱਕੀ ਦੀ ਬਾਈ ਤੁਸੀਂ ਸਫਾਈ ਤੁਸੀਂ ਦੇਖੇ ਹੀ ਆ ਨਾ ਸਾਡੀ ਮਸ਼ੀਨਾਂ ਚੱਲਦੀਆਂ ਚਲੋ ਆਪਾਂ ਕਿਹੜਾ ਪਹਿਲੀ ਵਾਰੀ ਲੱਗਿਆ ਚਲਾਉਣ ਬਾਕੀ ਇਹਦੇ ਕਰਕੇ ਵੀ ਤੁਹਾਨੂੰ ਤਾਂ ਹੀ ਦੱਸਣਾ ਵੀਡੀਓ 'ਚ ਮੈਂ ਕਈ ਵੀਰੇ ਫੋਨ ਆ ਨਾ ਅਲਗ ਹੀ ਜਾਂਦਾ ਕਈ ਵਾਰੀ ਬਾਕੀ ਸੈਟਿੰਗ ਇਹਦੀ ਕੱਲ੍ਹ ਨੂੰ ਕਰਾਂਗੇ ਅੱਜ ਤਾਂ ਜੇ ਥਰੈਸ਼ਰ ਪਾ ਕੇ ਨਾ ਸ਼ਾਰਟ ਜੂਟ ਪਾ ਕੇ ਇੰਡੀਵੀਡੂਏਟਰ ਲਾ ਲਾਂਗੇ ਬਾਕੀ ਕੱਲ੍ਹ ਨੂੰ ਬਾਬੇ ਨਾਨਕ ਦਾ ਲੈ ਕੇ ਬਾਬਾ ਜੀ ਦਾ ਨੌਂ ਲੀਵਰ ਲਾ ਦਾਂਗੇ ਕਰ ਹੋ ਗਈ ਮਸ਼ੀਨ ਤਾਂ ਵੈਸੇ ਗੇਅਰ ਦਾ ਹੀ ਤਾਂ ਥੋੜ੍ਹਾ ਜਿਹਾ ਨਾ ਹਾਂਜੀ ਹਾਂਜੀ ਇੱਕ ਦੋ ਕੁ ਬੈਰੰਗੇ ਤੇ ਬਾਕੀ ਹੋਰ ਕੋਈ ਗਰਾਰੀ ਗਰੂਰੀ ਐਨ ਓਕੇ ਦੀ 4x4 ਲਾ ਤਾ ਇਹ ਵੀ ਤੁਹਾਨੂੰ ਪਤਾ ਹੀ ਆ ਨਾ ਮੀਂਹ ਪੈਂਦੇ ਜੇ ਚੱਲੀ ਜਾਣਾ ਸਰਕਲ ਵੀ ਨਾਲੇ ਹੁਣੇ ਲਾ ਲਾਂਗੇ ਬਾਈ ਬਾਅਦ 'ਚ ਫਿਰ ਔਖੇ ਬੜੇ ਹੁੰਦੇ ਹੈ ਨਾ ਬਾਕੀ ਬਾਸਕਟ ਪਾ ਕੇ ਉਹਦੇ ਬਾਅਦ ਹੁਣ ਥਰੈਸ਼ਰ ਪਾਉਣਾ ਪਾਉਣ ਤੋਂ ਬਾਅਦ ਉਹ ਗੱਲ ਲੱਗੇ ਤੇ ਨਾ ਵੀ ਜਦੋਂ ਬੰਦੇ ਲਾ ਗਏ ਨਾ ਮਸ਼ੀਨ ਨੂੰ ਤਾਂ ਕਾਹਨੂੰ ਛੱਡਦੇ ਆ 3 ਬੰਦੇ ਲੱਗੇ ਹੋਏ ਆ ਮੈਂ ਨਾ ਐਂ ਛੱਡਤੀ ਪੈਕ ਕਰਕੇ ਬਾਕੀ ਇਹਦੇ ਵੋਟਾਂ ਦਾ ਨਾ ਰਿਜ਼ਲਟ ਆਇਆ ਉਹ ਟੀ ਵੀ ਲੱਗਿਆ ਅੰਦਰ ਮੋਟਰ 'ਤੇ ਉੱਥੇ ਬੈਠੇ ਕੁਛ ਉੱਧਰ ਵੀ ਧਿਆਨ ਰਿਹਾ ਅੱਜ 1 ਘੰਟਾ 1.5 ਘੰਟਾ ਉੱਧਰ ਰਹਿ ਗਿਆ ਕੁਛ ਆਹ ਕੋਟ ਨੂੰ ਚਲ ਗਏ ਉਹਦੇ ਕਰਕੇ ਹੋ ਗਿਆ ਲੇਟ ਨਹੀਂ ਤਾਂ ਉਹਨੂੰ ਥਰੈਸ਼ਰ ਪਾ ਵੀ ਦੇਣਾ ਉਹਦਾ ਬਾਕੀ ਹੁਣ ਮਿਲਦੇ ਹਾਂ ਥਰੈਸ਼ਰ ਪਾ ਕੇ ਹੈ ਨਾ ਓਕੇ ਜੀ ਥਰੈਸ਼ਰ ਪਾਤਾ ਵਿੱਚ ਸਿੱਟਤਾ ਬਸ ਹੁਣ ਇਹਦੀ ਐਡਜਸਟਮੈਂਟ ਆ ਨਾ ਅੱਜ ਤਾਂ ਵੈਸੇ ਬਹੁਤ ਕੰਮ ਪਿਆ ਚਲੋ ਮੈਂ ਕਿਹਾ ਇੱਧਰ ਤਾਂ ਲੱਗੇ ਹੋਏ ਆ ਨਾ ਥਰੈਸ਼ਰ ਕਣੀ ਦੇ ਇਹਨੂੰ ਪਹਿਲਾਂ ਕੰਪਲੀਟ ਕਰਦੇ ਜਾਓ ਜਿਹੜੇ ਕੰਮ ਨੂੰ ਹੱਥ ਪਾਇਆ ਹੋਇਆ ਬਾਕੀ ਸ਼ਾਫਟ ਉਹ ਪਈ ਆ ਰੇਕ ਮਾਲ ਲਾ ਕੇ ਇਹਨੂੰ ਉਹਦੇ ਬਾਅਦ ਫਿਰ ਰਹਿਜੂਗਾ ਐਲੀਵੇਟਰ ਬਸ ਐਲੀਵੇਟਰ ਤੋਂ ਬਾਅਦ ਤਾਂ ਫਿਰ ਤੁਹਾਨੂੰ ਪਤਾ ਹੀ ਆ ਨਾ ਵੀ ਸੈਲਫ ਮਾਰ ਕੇ ਲੀਵਰ ਲਾਉਣ ਦੀ ਕਰਾਂਗੇ ਕੋਸ਼ਿਸ਼ ਬਾਕੀ ਹੋਰ ਤਾਂ ਬਈ ਸਾਰਾ ਓਕੇ ਹੀ ਆ ਹੈ ਨਾ ਤੁਹਾਨੂੰ ਪਤਾ ਹੀ ਆ ਵੀ ਮਸ਼ੀਨ ਗਰੀਸ ਪਾਣੀ ਬੰਦਾ ਕਰੀ ਜਾਵੇ ਨਾ ਸੀਜ਼ਨ ਦੇ ਵਿੱਚ ਫਿਰ ਤਾਂ ਕੋਈ ਦਿੱਕਤ ਸਮੱਸਿਆ ਆਉਂਦੀ ਹੋ ਨਹੀਂ ਹੈਗੀ ਗਰੀਸ ਤਾਂ ਆਪਾਂ ਤੁਹਾਨੂੰ ਪਤਾ ਹੈ ਨਾ ਗੰਨ ਆਪਣੇ ਕੋਲ ਬੜੀ ਆ ਇਹਦਾ ਜਿੱਥੇ ਬੰਦ ਹੋਵੇ ਬੈਰਿੰਗ ਉੱਥੇ ਵੀ ਗਰੀਸ ਪਹੁੰਚਾ ਦਿੰਦੀ ਆ ਨਜ਼ਾਰਾ ਆ ਜਾਂਦਾ ਇਹਦੇ ਨਾਲ ਤਾਂ ਗਰੀਸ ਕਰਨ ਦਾ ਬਾਕੀ ਇਹਦਾ 4x4 ਹਿੱਸਾ ਲਾਉਣਾ ਹਿੱਸਾ ਲਾਉਣ ਤੋਂ ਬਾਅਦ ਜਿਹੜੀ ਹੈ ਨਾ ਫਿਟਿੰਗ ਆ ਉਹ ਫਿਰ ਹੋਈ ਉਹੀ ਅੱਧ ਵਜੇ ਤਾਂ ਹੋ ਗਈ ਸਮਝ ਲਓ ਹੁਣ ਅੱਧੀ ਕੁ ਰਹਿ ਗਈ ਉਹਨੂੰ ਕਰ ਦਾਂਗੇ ਫਿਰ ਜਦੇ ਹੈ ਨਾ ਆ ਤੁਹਾਡੇ ਸਾਹਮਣੇ ਆ ਬਾਕੀ ਬਾਈ ਇੱਕ ਵਜੇ ਹੋਰ ਸਲਾਹ ਦਿਓ ਮੈਨੂੰ ਕਈ ਮੇਰੇ ਵੀਰ ਨੇ ਨਾ ਫੋਨ ਬਾਈ ਮੱਕੀ 'ਤੇ ਮਸ਼ੀਨ ਜ਼ਰੂਰ ਚਲਾਈ ਆਪਦੀ ਫੋਨ ਕਰਕੇ ਹੈ ਨਾ ਵੀ ਚਲੋ ਤਾਂ ਲਈ ਆ ਖੜੀ ਕਾਹਨੂੰ ਕਰਨੀ ਆ ਬਾਈ ਇੱਕ ਗੱਲ ਮੈਨੂੰ ਸਲਾਹ ਜ਼ਰੂਰ ਦਿਓ ਵੀ ਐਤਕੀ ਹੈ ਨਾ ਤੁਹਾਨੂੰ ਪਤਾ ਹੀ ਆ ਰੇ ਕੰਪਨੀ ਦੇ ਵਿੱਚ ਜਿਹੜੀ ਕੰਪਨੀ ਦੇ ਵਿੱਚ ਚੱਲ ਜਾਓ ਕਟਰ ਬਾਈ ਬਹੁਤ ਜ਼ਿਆਦਾ ਬੁੱਕ ਹੋਇਆ ਹੈ ਕਟਰ ਆਇਆ ਵੀ ਬਹੁਤ ਆ ਨਾ ਵੀ ਕਿਤੇ ਨਾ ਹੋਵੇ ਵੀ ਰੇਟ ਉੱਧਰ ਆਪਾਂ ਕਟਰ ਲੈ ਲਈ ਉਹਦਾ ਚੱਲਣ ਦੇ ਟਾਈਮ ਮਸ਼ੀਨ ਹੈਗੇ ਨਾ ਸੀਜ਼ਨ ਜਿਵੇਂ ਕਹਿ ਦਿੰਦੇ ਸੀਜ਼ਨ ਦੇ ਵਿੱਚ ਆ ਕੇ ਰੇਟ ਘੱਟ ਗਿਆ ਜਾਂ ਮੀਂਹ ਪੈ ਗਿਆ ਫਿਰ ਬੜੀ ਸਮੱਸਿਆ ਆਉਂਦੀ ਆ ਮੱਕੀ ਦੇ ਸੀਜ਼ਨ ਹੈ ਨਾ 4x4 ਤੋਂ ਬਿਨਾਂ ਮੱਕੀ 'ਚ ਮਸ਼ੀਨ ਨਹੀਂ ਚੱਲਦੀ ਹੈਗੀ ਫਿਰ ਮੈਂ ਇੱਕ ਹੁਣ ਹੋਰ ਸਲਾਹ ਬਣਾਇਆ ਮੈਂ ਕਿਹਾ ਨਹੀਂ ਯਾਰ ਵੀ ਆਪਾਂ ਮੱਕੀ 'ਤੇ ਨਹੀਂ ਆਪਾਂ ਮੂੰਗੀ 'ਤੇ ਭੇਜਾਂਗੇ ਤਾਂ ਮਹੀਨੇ ਡੇਢ ਮਹੀਨੇ ਦੀ ਗੱਲ ਆ ਨਾ ਬਾਈ ਇੱਧਰ ਨੂੰ ਨਿਕਲ ਜਾਵਾਂਗੇ ਲੈ ਕੇ ਰਾਜਸਥਾਨ ਕਣੀ ਨੂੰ ਜਿੱਥੇ ਸਬੂਤ ਜਾਂਦਾ ਦੇਖਿਆ ਲਾ ਕੇ ਹੈ ਨਾ ਸੀਜ਼ਨ ਇੱਧਰ ਤਾਂ ਜਾਂਦੇ ਜਾਂਦੇ ਆਪਣਾ ਗੁਜਰਾਤ ਤੱਕ ਲੈ ਜਾਵਾਂਗੇ ਸੋਆਬੀਨ ਵੱਢ ਵੁੱਢ ਕੇ ਉੱਧਰ ਖੜੀ ਕਰਿਆ ਆਵਾਂਗੇ ਕੱਢਣ ਤੋਂ ਬਾਅਦ
ਫਿਰ ਆ ਕੇ ਉਰੇ ਪੰਜਾਬ 'ਚ ਕਣ ਉੱਧਰ ਤੇ ਕਣਕ ਵੱਢਦੇ ਵੱਢਦੇ ਇੱਧਰ ਨੂੰ ਆ ਜਾਵਾਂਗੇ, ਹੈ ਨਾ ਬਾਈ? ਦੱਸਿਓ ਤੁਸੀਂ ਬਾਕੀ ਮੇਰੇ ਵੀਰ ਜਿਹੜੇ ਕੰਬਾਈਨਾਂ ਵਾਲੇ ਆ, ਹੈ ਨਾ, ਦਿਓ ਬਾਈ ਮੇਰਾ ਸਾਥ, ਹੁਣ ਤੁਸੀਂ ਵੀ ਦੱਬ ਕੇ, ਹੈ ਨਾ? ਹੁਣ ਮੈਂ ਤਾਂ ਦੇਖੋ, ਚਲੋ ਅੱਜ ਮਹਾਰਾਜ ਦੀ ਕਿਰਪਾ ਪ੍ਰਾਣੀ 'ਤੇ ਹੋਈ ਆ, ਮੈਂ ਕਹਿੰਦਾ ਵਧੀਆ ਤੰਦਰੁਸਤੀ ਬਖਸ਼ੇ, ਵਧੀਆ ਸੀਜ਼ਨ ਸਾਰੇ ਕੰਬਾਈਨਾਂ ਵਾਲਿਆਂ ਵਾਸਤੇ ਇਹੀ ਅਰਦਾਸ ਕਰਦਾ ਹੁੰਦਾ ਵੀ ਵਧੀਆ, ਹੈ ਨਾ ਬਾਈ, ਕੰਮ ਸਭ ਦਾ ਚੱਲੇ ਵਧੀਆ, ਮਹਾਰਾਜ ਦੀ ਕਿਰਪਾ ਰਹੇ ਸਭ 'ਤੇ ਹੀ। ਬਾਕੀ ਦੇਖੂ, ਮੌਕਾ ਦੱਸੂ, ਹੈ ਨਾ, ਵੀ ਕਿੱਧਰ ਨੂੰ ਮੂੜ ਬਣਦਾ। ਮਸ਼ੀਨ ਤਾਂ ਵੈਸੇ ਇੱਥੇ ਆ ਗਈ, ਆਪਾਂ ਹੁਣ ਉਹਦੀ ਰਿਪੇਅਰ ਆ ਜਿਹੜੀ ਇੱਕ ਅੱਧੇ ਦਿਨ 'ਚ ਸ਼ੁਰੂ ਕਰ ਲੈਣੀ, ਬਸ ਇਹਦੀ ਫਿਟਿੰਗ ਹੋ ਗਈ। ਉਹਦੇ ਬਾਅਦ ਏਸੀ ਵਾਲੀ ਦੀ ਜਿਹੜੇ ਥਰੈਸ਼ਰ ਬਦਲਣਾ, ਉਹਦਾ ਇਕੱਲਾ ਬਸ ਸਿਰਫ ਬਾਸਕਟ ਆ। ਉਹਦੇ ਬਾਅਦ ਮਸ਼ੀਨ ਤਾਂ ਤੁਹਾਨੂੰ ਪਤਾ ਹੀ ਆ ਨਾ, ਦੋ ਸੀਜ਼ਨ ਲੱਗੇ ਆ ਅਜੇ, ਦਿੱਕਤ ਸਮੱਸਿਆ ਤਾਂ ਕੋਈ ਹੈ ਹੀ ਨਹੀਂ। ਕਲੱਚ ਵਾਲਾ ਬੈਰਿੰਗ ਟੁੱਟਿਆ ਤਾਂ ਉੱਥੇ ਜੰਮੂ, ਉੱਥੇ ਕਲੱਚ ਬਲੇਡ ਵੀ ਨਵੀਂ ਪਾਤੀ ਤੀ, ਬਸ 4x4 ਉਹਨੂੰ ਹਿੱਸਾ ਲਾਉਣਾ, ਸ਼ਾਫਟ ਸ਼ੂਟ ਉਹਦੀ ਪਈ ਹੋਈ ਆ ਸਾਰੀ ਉੱਪਰ, ਤਾਂ ਕਰਕੇ ਨਾ ਖੋਲ੍ਹੀ ਹੋਈ ਤੀ ਉਹ ਸਾਰੀ ਰੈਡੀ ਆ, ਤਾਂ ਬਸ ਇਹੀ ਰਹਿੰਦੀ ਤੀ। ਇਹ ਤੋਂ ਬਾਅਦ ਫਿਰ ਖੋਲ੍ਹਾਂਗੇ ਆਪਣੇ ਵਾਲੀ ਨੂੰ, ਦੇਖਾਂਗੇ ਉਹਦਾ ਵੀ, ਹੈ ਨਾ, ਠੋਕ ਕੇ ਇੱਕ ਵਾਰ ਰਿਪੇਅਰ ਕਰਾਂਗੇ, ਦਿਖਾਵਾਂਗੇ ਤੁਹਾਨੂੰ ਦਸ਼ਮੇਸ਼ ਕੰਪਨੀ ਦਾ ਵੀ ਇੰਨੇ ਡਾਊਨ ਮਾਡਲ 'ਚ ਵੀ, ਹੈ ਨਾ, ਮਸ਼ੀਨ ਕਿੰਨੀ ਸਾਫ਼ ਸੁਥਰੀ। ਸਾਰੇ ਵੀਰਾਂ ਦੇ ਕਮੈਂਟ ਹੀ ਆਏ ਵੀ 7-8 ਮਾਡਲ, ਬਾਈ ਘੱਟ ਨਹੀਂ, ਕਿਸੇ ਦਾ ਕਮੈਂਟ ਨਹੀਂ ਆਇਆ ਹੈਗਾ। ਬਾਕੀ ਤੁਹਾਨੂੰ ਮਾਡਲ ਤਾਂ ਨਾ ਕਈ ਵੀਰਾਂ ਨੇ ਤਾਂ ਚਲੋ ਕਮੈਂਟ ਕਰ ਵੀ ਦਿੱਤੇ ਵੀ ਬਾਈ ਇੰਨਾ ਮਾਡਲ ਆ, ਚਲੋ ਪਤਾ ਤਾਂ ਵੀਰ ਆਪਾਂ ਕਿਹੜਾ ਝੂਠ ਬੋਲਦੇ ਹਾਂ ਨਾ, ਜਿਹੜਾ ਮਾਡਲ ਹੈਗਾ ਉਹ ਤਾਂ ਹੈਗਾ ਹੀ ਆ, ਉਹ ਕਿਹੜਾ ਕਿਸੇ ਨੇ ਬਦਲ, ਜੇ 8 ਕਹੇ ਤਾਂ 8 ਥੋੜ੍ਹੀ ਹੋ ਜਾਣਾ, ਜੇ ਬਾਪ ਮੈਂ 15 ਕਹਿੰਦਾ ਉਹ 15 ਨਹੀਂ ਹੋਣਾ, ਉਹਨਾਂ ਰਹਿਣਾ ਤਾਂ ਉਨਾ ਹੀ ਆ। ਚਲੋ ਮਿਲਦੇ ਹਾਂ ਜੀ ਫਿਰ, ਹੁਣ ਪਾ ਦਈਏ ਸ਼ਾਰਟ ਸ਼ੂਟ। ਪ੍ਰੈਸ਼ਰ ਤੋਂ ਬਾਅਦ ਐਲੀਵੇਟਰ ਲੱਗੇ ਤੇ ਲਾਉਣ, ਮੋਲੀ ਕਿਆ ਤਾਂ ਆਪਾਂ ਕੱਢ ਲਿਆ, ਹਾਂ ਵਧੀਆ ਕਰਿਆ ਬੈਰਿੰਗ ਪਾ ਲਏ ਬਾਈ, ਤੈਨੂੰ ਐਂ ਪਤਾ ਜਾਂਦਾ ਸੀਜ਼ਨ ਦੇ ਵਿੱਚ ਕਿਤੇ ਇਹੋ ਜਿਹਾ ਬੈਰਿੰਗ ਬਾਈ ਜਦ ਟੁੱਟ, ਉੱਧਰ ਚਾਰੇ ਪਾਸੇ ਹੁੰਦੀ ਆ ਮੱਕੀ, ਬੁਰਾ ਹਾਲ ਕਰ ਦਿੰਦੀ ਆ। ਬੈਰਿੰਗ ਹੈ ਤਾਂ ਵੈਸੇ ਠੀਕ, ਤੇ ਨਾਲ ਦੀ ਤੇ ਕੰਪਨੀ ਵਾਲੀ, 2 ਸਾਲ ਹੋ ਗਏ, 2 ਸੀਜ਼ਨ ਮੱਕੀ ਦੇ ਲਾਤੇ, 2-3 ਝੋਨੇ, 2 ਝੋਨੇ ਦੇ ਲਾਤੇ, 2 ਕਣਕ ਦੇ ਲਾਤੇ, ਹੁਣ ਬੈਰਿੰਗ ਬਦਲੇ, ਹਜੇ ਵੀ ਚੱਲਦੇ ਤੇ ਵੈਸੇ ਢਿੱਲੇ ਦੇ ਥੋੜ੍ਹੇ ਜਿਹੇ ਨਾ। ਮੈਂ ਹੀ ਇਹਨਾਂ ਨੂੰ ਕਿਹਾ ਮੈਂ ਨਹੀਂ ਯਾਰ, ਜੇ ਬੈਰਿੰਗ ਆਉਣਾ ਬਾਈ ਤੁਹਾਨੂੰ ਪਤਾ ਹੀ, ਉੱਥੇ ਅੜਿੱਕਣਾ ਬੜਾ ਹੋ ਜਾਂਦਾ, ਫਿਰ ਸਾਰੀ ਦਿਹਾੜੀ ਉਹ ਖਰਾਬ ਹੋ ਜਾਂਦੇ ਜੇ ਕਿਤੇ ਬੈਰਿੰਗ ਇਹੋ ਜਿਹਾ ਮਿਸ ਕਰ ਜਾਵੇ। ਹੁਣ ਤਾਂ ਚਲੋ ਘੰਟਾ ਵੱਧ ਲੱਗ ਜੂ, ਹੈਗਾ ਨਹੀਂ ਮੋਲੀ? ਮੋਲੀ ਅੱਜ ਵੀ ਗਰਮੀ ਲੱਗਦੀ ਤੈਨੂੰ? ਹੈਂ, ਪੱਪੂ ਨਹੀਂ ਮੰਨਦਾ ਹੈਗਾ ਨਾ ਪੱਪੂ, ਹੈਂ ਕਿਆ ਕਹਿਣਾ, ਬੰਦਾ ਘੈਂਟ ਆ ਮੋਲੀ, ਹੈ ਨਾ, ਹੁਣ ਕੋਈ ਬੰਦਾ ਹੈ ਖੁਸ਼ ਦਿਲ ਬੰਦਾ ਬਾਈ, ਇਹ ਸਾਰੀ ਦਿਹਾੜੀ ਖੁਸ਼ ਰਹਿਣਾ, ਐਂ ਨਹੀਂ ਕਦੇ ਮੱਥੇ ਤੂੜੀ ਮੈਂ ਨਹੀਂ ਦੇਖੀ ਇਹਦੇ ਬੰਦੇ ਦੀ, ਵਧੀਆ ਚੰਗਾ ਰਹੂਗਾ। ਗੇਰ ਐਂ ਸੈਂਟਰ ਚ ਲਾਈ ਪੱਪੂ, ਇਹ ਐਂ ਪੂਰਾ ਸੈਂਟਰ ਚ ਲਾਉਣਾ ਬਾਈ, ਇਹ ਨਹੀਂ ਬਈ ਚੈਨ ਦੇ ਪੈਡ ਪੂਡ ਜੇ ਵਿੰਗੇ ਹੋਈ ਜਾਂਦੇ ਆ। ਹੁਣ ਐਂ ਕਰਦੇ ਇਹਨੂੰ ਰੱਖ ਲੈਂਦੇ ਹਾਂ ਉੱਪਰ, ਐਲੀਵੇਟਰ ਨੂੰ ਪਾਸ ਮੇਰੇ ਨਟ ਮੇਰੇ ਪਾ ਲਾਂਗੇ ਨਾ, ਇਹਨੂੰ ਉੱਪਰ ਉੱਥੇ ਰੱਖ ਲੈਂਦੇ ਹਾਂ, ਅੰਦਰ ਹੀ ਪੁਲੀ ਪਾ ਦੇ, ਕੱਚੀ ਕੱਟ ਲਾਈ ਉਹਨੂੰ, ਕਨਾਲ ਲਾ ਕੇ ਲਾਈ ਹੋਈ ਤੀ, ਹੈਂ ਨਿਸ਼ਾਨ ਨਹੀਂ ਜਮੀ ਨਾਲ ਹੋਣੀ ਆ ਬੈਰਿੰਗ ਦੇ, ਨਹੀਂ ਕੱਚੀ ਲਾ ਲਈ, ਕੋਈ ਗੱਲ ਨਹੀਂ ਉੱਪਰ ਜਾ ਕੇ ਲਾ ਲਾਂਗੇ, ਹੈਂ ਰਾੜ ਲਾ ਕੇ ਲੱਗ ਜਾਂਦੀ ਆ, ਨਾ ਪਹਿਲਾਂ ਕਿੱਥੇ ਕਿਤੇ ਅੰਦਰ ਨੂੰ ਤਾਂ ਧੱਕੇ ਲਾਈ ਦੀ, ਬਸ ਠੀਕ ਆ, ਨਾਲ ਲਾ ਕੇ ਲਾ ਦੀਆਂ ਜਮੀ। ਬਾਕੀ ਹੋਰ ਤਾਂ ਹੁਣ ਕੱਲ੍ਹ ਨੂੰ ਲੱਗ ਜੂ ਮੋਲੀ ਲੀਵਰ, ਹੈ ਨਾ, ਹੈਂ ਕੱਲ੍ਹ ਨੂੰ ਤਾਂ ਲੱਗ ਜੂ, ਬਸ ਸਟਾਫ ਰਹਿੰਦੇ ਆ ਗੁੜਕੇ ਦਿੱਤੇ ਹੋਏ ਆ ਸਾਈਜ਼ ਜੇ ਕਰਨੇ ਉਹ ਆ ਜਾਣਾ, ਬਸ ਉਹਦੇ ਬਾਅਦ ਫਿਰ ਕੰਮ ਆਪਣਾ ਨਾ ਥੋੜ੍ਹਾ ਹੀ ਆ, ਬਸ ਬਰਮ ਪਾਉਣੇ ਆ, ਫਿਰ ਥਰੈਸ਼ਰ ਤੁਹਾਨੂੰ ਪਾਏ ਗਿਆ ਵਾ, ਪੁਲੀ ਰਹਿ ਗਈ, ਟਾਇਰ ਖੋਲ੍ਹਣਾ ਇੱਧਰਲਾ, ਖੋਲ੍ਹਣ ਤੋਂ ਬਾਅਦ ਬਾਕੀ ਸਟਾਫ ਵਰਕਰ ਵੀ ਤੁਹਾਨੂੰ ਦਿਖਾ ਦਿੰਦਾ, ਉਹ ਵੀ ਬਸ ਕਰਨੇ ਆ ਉਹ ਸਵੇਰੇ ਪਿੱਛੇ ਵਾਲੇ ਮੂਹਰੇ ਵਾਲੇ ਗੁੜਕੇ ਤਾਂ ਪਾ ਤੇ, ਇਹ ਗੁੜਕੇ ਬਾਈ ਨਾ ਕਰੈਂਕਾ ਜਿਹੜੀ ਆਪਣੀ ਇਹ ਬੋਰ ਹੈਗਾ ਇਹਦਾ 40 ਦਾ, ਜਿਹੜੀ ਕਰਤਾਰ ਕੰਪਨੀ ਹੈ ਨਾ ਗਦੰਦੀ ਆਪਣੇ ਕਰੈਂਕਾ, ਇਹ 40 ਦੇ ਬੋ ਜਿਹੜਾ ਗੁੜਕੇ ਦਾ ਬੋਰ ਆ 40 ਦਾ, ਬਾਕੀ ਆਮ ਬੋਰ ਹੈਗੇ ਨੇ 35 ਦੇ, ਉਹਦੇ ਕਰਕੇ ਬੜਾ ਲਫੜਾ ਪੈਂਦਾ, ਗੁੜਕੇ ਨਹੀਂ ਮਿਲਦੇ ਹੈਗੇ, ਉਹ ਕਹਿੰਦੇ ਸਾਰੇ ਕੰਬਾਈਨਾਂ ਦੇ ਗੁੜਕੇ ਹੀ ਪੈਂਦੇ ਆ, ਕੱਲ੍ਹ ਫਵਾੜਾ
ਮੋਗਾ ਮੈਂ ਕਹਿੰਦਾ ਪਤਾ ਨਹੀਂ ਕਿੱਥੇ ਕਿੱਥੇ ਤੱਕ ਜਾਇਆ ਪਰ ਗੁਟਕੇ ਨਹੀਂ ਮਿਲੇ। ਅਤੇ ਹੁਣ ਕੰਪਨੀ ਦੇ ਵਿੱਚੋਂ ਹੀ ਹੈ ਨਾ ਜਾਂ ਉੱਥੇ ਸੱਚੋ ਗੁਟਕੇ 35 ਵਾਲੇ ਦੇ ਕੇ ਬੋਰ 40 ਦਾ ਕਿਰਾਇਆ ਖਰਾਬ ਤੇ। ਮੈਂ ਕਿਹਾ ਚਲੋ ਹੁਣ ਕੁਛ ਤਾਂ ਕਰਨਾ ਹੀ ਆ, ਬਾਕੀ ਕਲੱਚ ਕਲੁੱਚ ਐਨ ਬੰਨ ਕੇ ਕਰਤਾ ਐਨ ਸੈੱਟ ਪਾਤਾ ਬੈਰਿੰਗ ਬੂਰਿੰਗ ਇਹਦਾ ਵੀ ਗਰੀਸ ਗਰੂਸ ਕਰਤਾ ਆਪਣੇ ਕਲੱਚ ਵਾਲੇ ਬੈਰਿੰਗ ਨੂੰ। ਬਾਕੀ ਹੋਰ ਤਾਂ ਬਾਈ ਇੱਧਰ ਦਾ ਕੋਈ ਛੇੜਿਆ ਹੀ ਨਹੀਂ ਹੈਗਾ, ਤੁਹਾਨੂੰ ਪਤਾ ਨਾ ਵੀ ਵਧੀਆ ਕਦੇ ਦਿੱਕਤ ਤਾਂ ਕੋਈ ਆਈ ਨਹੀਂ ਚੱਲਦੇ ਸੀ। ਬਾਕੀ ਹੁਣ ਬਾਕੀ ਮਹਾਰਾਜ ਨੂੰ ਪਤਾ ਨਾ। ਬਾਕੀ ਸਮਾਨ ਤੁਹਾਨੂੰ ਸਵੇਰੇ ਦਿਖਾਇਆ ਜੀ 50,000 ਦਾ ਸਮਾਨ, ਕਿੰਨਾ ਕੁ ਸਮਾਨ ਤਾਂ 2 ਬੋਰੀਆਂ ਸਮਾਨ ਆ ਗਿਆ 50,000 ਦਾ। ਸਾਊਂਡ ਟ੍ਰਿਪ ਆਪਾਂ ਪਿੱਛੇ ਨਵੀਂ ਪਾ ਤੀ, ਮੱਕੀ ਦੇ ਵਿੱਚ ਬਾਈ ਟੁੱਟ ਗਈ ਤੀ, ਇਹ ਤਾਂ ਮੱਕੀ ਨੇ ਜਮੀ ਗੱਭੇ ਤੇ ਐਂ ਬਿੰਡੇ ਬੁਲਾ ਤੇ ਇਹਦੇ, ਜਿਵੇਂ ਮਤਲਬ ਕਾਗਜ਼ ਟੁੱਟਦਾ ਹੁੰਦਾ ਐਂ ਮੋਲੀ ਪਿੱਛੇ ਸਾਊਂਡ ਟ੍ਰਿਪ ਦੇ ਐਂ ਟੁੱਟ ਗਈ ਤੀ, ਜਿਵੇਂ ਕਾਗਜ਼ ਲੱਕੜੀ ਨੂੰ ਸਰੀਏ ਨੂੰ ਮੋੜਨ ਦੇ ਇਹਨੇ ਪਤਲੇ ਜਿਹੇ ਨੂੰ ਸੂਤ ਦੇ ਨੂੰ ਐਂ ਮਰੋੜਾ ਦੇ ਕੇ ਸਿੱਟਤਾ ਤਾ ਗਰਾਰੀ ਦਾ ਬਾਹਰ ਲਾ ਲਈ, ਗਰਾਰੀ ਦਾ ਬਾਅਦ 'ਚ ਲਾਣੀ ਜਾ, ਪੁਲੀ ਲਾ ਲਾ, ਪੁਲੀ ਅੰਦਰ ਚਲ ਜਾਣੀ। ਮੈਂ ਬਿਠਾ ਲਿਆ ਅੰਕਲ ਨੂੰ, ਠੀਕ ਅੰਕਲ ਬਿਠਾ ਲਿਆ ਮੈਂ, ਪੁਲੀ ਲਾ ਗਰਾਰੀ ਰਹਿਣ ਤੇ ਗਰਾਰੀ ਦਾ ਬਾਹਰ ਆ, ਲਾਈਨ ਦੇਖ ਕੇ ਲਾ ਲਾਂਗੇ ਪੁਲੀ ਪਾ ਲਾ ਹੈਂ ਲਾ ਲਾ ਕਟਰ ਨਵੀਂ ਲਾ ਲਈ, ਕਟਰ ਤਾਂ ਬਥੇਰੀਆਂ ਪਈਆਂ। ਚਲੋ ਮੈਂ ਬਾਈ ਜਾਣਾ ਪਿੰਡ 'ਚ ਨੂੰ ਮਾੜਾ ਜਿਹਾ, ਉੱਧਰ ਨੂੰ ਆ ਕੇ ਮਿਲਦੇ ਹਾਂ ਫਿਰ। ਉਹਦੇ ਬਾਅਦ ਆਪਣੀ ਚੈਨਾਂ ਰਹਿੰਦੀਆਂ ਬਸ।